सत श्री अकाल जी, तुहाडा अज दी इस वीडियो दे विच स्वागत है। किसान वीरो, जिहड़ी झोने की सीधी बिजाई सी, जिहड़ी पंजाब सरकार वल्लों तुहानूं सद्दा दित्ता गया सी, उह सीधी बिजाई शुरू हो चुकी है। तो जिस तरह दीआं खबरां मिल रही ने कि पूरे सूबे दे विच किसानां वल्लों पंजाब सरकार दे इस सद्दे नूं बहुत भरवां हुंगारा दित्ता गया, तो वड्डी गिणती जिहड़े किसान ने उह सीधी बिजाई दे विच इस वार लगे हुए ने। पंजाब सरकार ने किसानों इस सीधी बिजाई वल उत्साहित करने वास्ते 1500 रुपया प्रति एकड़ प्रोत्साहन राशि देने का भी ऐलान किया। सो हुण पंजाब सरकार ने यह जिहड़ी राशि है इनू प्राप्त करने वास्ते किसानों वास्ते एक लिंक जारी, ऑनलाइन लिंक जारी किया। अज तुसी देखिया होना, उस लिंक ते आपां अप्लाई करिए। 5 जून तक वो लिंक एक्टिव रहेगा। उस लिंक ते आपां जदों क्लिक करांगे तां उहदे ते आपां अपनी जानकारी भर सकते हैं। सो अज दी इस वीडियो विच तुहानूं असीं इही जानकारी देण वास्ते इत्थे आपां अज गलबात कर रहे हैं। सो दोस्तों, गल करते हैं कि जिहड़ा लिंक है जिहड़ा अज पंजाब सरकार वल्लों जारी किया गया, वो लिंक तुहानूं असीं इस वीडियो की डिस्क्रिप्शन दे विच जां कमेंट बॉक्स दे विच असीं रख दिंदे आ। तुसीं उत्थे जाके चैक कर लो। उत्थे भी तुसीं अगर क्लिक करोगे तां तुसीं सीधा अपने पोर्टल ते चले जाओगे। जदों तुसीं पोर्टल ते चले जाओगे तां उत्थे तुहानूं एग्रीकल्चर डिपार्टमेंट की स्क्रीन मिलेगी, जिथे तुसीं अपना आधार कार्ड नंबर भरना होगा। उस तो बाद तुसीं अपना तुहानूं मोबाइल दे उत्ते OTP आएगा जिहड़ा तुहाडा आधार कार्ड नाल लिंक होया होया। उत्थे जदों तुसीं OTP भरोगे तां तुहाडा वो सारा पिंडां दा वेरवा खुल जाएगा। पहलां तुसीं अपना जिहड़ा पिंड दा नाम चुनना, उहदे विच भी किहड़ा पिंड है तुहाडा, ते उस तो बाद जिहड़े खेत दे विच जिहड़ी आपां सीधी बिजाई करनी आ जां कर दित्ती आ, आपां उहदा खेवड़ ते खसरा नंबर भरना हैगा। जदों तुसीं इह चीज़ सारी डिटेल भर दित्ती ਤਾਂ ਤੁਸੀਂ ਉਸ ਨੂੰ ਸਬਮਿਟ ਕਰ ਦੇਣਾ, ਤੇ ਇਟ ਮੀਨਸ ਵੀ ਤੁਹਾਡਾ ਇਹ ਜਿਹੜਾ ਅਪਲਾਈ ਹੋ ਗਿਆ 1500 ਰੁਪਈਆ ਪ੍ਰਤੀ ਏਕੜ ਜਿਹੜਾ ਤੁਸੀਂ ਆਪਾਂ ਪੰਜਾਬ ਸਰਕਾਰ ਵੱਲੋਂ ਪ੍ਰੋਤਸਾਹਨ ਰਾਸ਼ੀ ਅਨਾਊਂਸ ਕੀਤੀ ਗਈ ਆ, ਉਹ ਲੈਣ ਵਾਸਤੇ ਆਪਾਂ ਲਾਈਨ ਦੇ ਵਿੱਚ ਲੱਗ ਜਾਵਾਂਗੇ। ਇਹ ਜਿਹੜਾ ਲਿੰਕ ਹੈਗਾ ਇਹ 5 ਜੂਨ 2022 ਤੱਕ ਐਕਟਿਵ ਰਹੂਗਾ, ਤੇ ਇਸ ਸਮੇਂ ਦੌਰਾਨ 5 ਜੂਨ ਤੱਕ ਤੁਸੀਂ ਇਹ ਜਿਹੜੀ ਆਪਣੀ ਇਨਫੋਰਮੇਸ਼ਨ ਤੁਸੀਂ ਭਰੀ ਆ, ਸਪੋਜ਼ ਤੁਸੀਂ ਉਹਦੇ ਵਿੱਚ ਕੋਈ ਖੇਵਟ ਨੰਬਰ ਜਾਂ ਉਹਦੇ ਖਸਰਾ ਨੰਬਰ ਦੇ ਵਿੱਚ ਕੋਈ ਚੇਂਜ ਕਰਨਾ ਜਾਂ ਖੇਤ ਤਬਦੀਲ ਕਰਨਾ, ਹੈ ਨਾ, ਉਹ ਡਿਟੇਲ ਤੁਸੀਂ ਸਾਰੀ ਭਰ ਸਕਦੇ ਹੋ। ਅਤੇ ਮਤਲਬ ਚੇਂਜ ਵੀ ਕਰ ਸਕਦੇ ਹੋ ਅਤੇ ਉਹਨੂੰ ਐਡਿਟ ਕਰਕੇ ਤੁਸੀਂ ਆਪਣੇ ਮੁਤਾਬਕ ਕਰ ਸਕਦੇ ਹੋ। 5 ਜੂਨ ਤੋਂ ਬਾਅਦ ਫਿਰ ਇਹ ਲਿੰਕ ਡੀਐਕਟੀਵੇਟ ਹੋ ਜੂਗਾ, ਉਸ ਤੋਂ ਬਾਅਦ ਫਿਰ ਮੁਸ਼ਕਲ ਹੋ ਜਾਵੇਗਾ। ਸੋ ਇਹ ਜਿਹੜੀ ਝੋਨੇ ਦੀ ਬਿਜਾਈ ਦੀ ਜਿਹੜੀ ਤਸਦੀਕ ਹੈ ਇਹ 18 ਜੂਨ ਤੋਂ 24 ਜੂਨ ਤੱਕ ਮਤਲਬ ਕੀਤੀ ਜਾਊਗੀ। 25 ਜੂਨ ਤੋਂ 30 ਜੂਨ ਤੱਕ ਇਹਦੀ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਇਹਨੂੰ ਤਸਦੀਕ ਕੀਤਾ ਜਾਊਗਾ। ਉਸ ਤੋਂ ਇਲਾਵਾ ਜੇ ਕਿਸਾਨਾਂ ਨੇ ਇਸ ਸੰਬੰਧੀ ਸਿੱਧੀ ਬਿਜਾਈ ਦੇ ਔਨਲਾਈਨ ਅਪਲਾਈ ਕਰਨ ਸੰਬੰਧੀ ਜਾਂ ਸਿੱਧੀ ਬਿਜਾਈ ਸੰਬੰਧੀ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਲੈਣੀ ਆ, ਤਾਂ ਜਿਹੜੇ ਤੁਹਾਡੇ ਜ਼ਿਲ੍ਹਿਆਂ ਦੇ ਵਿੱਚ ਤੁਹਾਡੇ ਮੁੱਖ ਖੇਤੀਬਾੜੀ ਦਫ਼ਤਰ ਨੇ ਜਾਂ ਤੁਹਾਡੇ ਬਲਾਕ ਖੇਤੀਬਾੜੀ ਦਫ਼ਤਰ ਨੇ ਜਾਂ ਖੇਤੀਬਾੜੀ ਵਿਭਾਗ ਨਾਲ ਜਿਹੜੇ ਸੰਬੰਧਿਤ ਸਮੂਹ ਦਫ਼ਤਰ ਹੈਗੇ ਨੇ, ਤੁਸੀਂ ਉਹਨਾਂ ਦੇ ਵਿੱਚ ਜਾ ਕੇ ਕੰਟੈਕਟ ਕਰ ਸਕਦੇ ਹੋ। ਉੱਥੇ ਤੁਹਾਨੂੰ ਹਰ ਤਰ੍ਹਾਂ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਊਗੀ। ਹਾਂ, ਇੱਕ ਗੱਲ ਤੁਹਾਡੇ ਵਾਸਤੇ ਹੋਰ ਗੱਲ ਕਲੀਅਰ ਕਰ ਦਿੰਦੇ ਹਾਂ ਕਿ ਜਿਹੜੀ ਪੋਰਟਲ ਦੇ ਉੱਤੇ ਤੁਸੀਂ ਇਨਫੋਰਮੇਸ਼ਨ ਭਰਨੀ ਹੈ ਨਾ, ਉਹਦੇ ਬਾਰੇ ਬਿਲਕੁਲ ਨਿਸ਼ਚਿੰਤ ਰਹੋ ਵੀ ਤੁਹਾਡੀ ਕਿਸੇ ਤਰ੍ਹਾਂ ਦੀ ਕੋਈ ਜਾਣਕਾਰੀ ਲੀਕ ਹੋ ਜੂਗੀ। ਸਿਰਫ ਜਾਣਕਾਰੀ ਤੁਹਾਡੀ ਉਹੀ ਜਾਣਕਾਰੀ ਉੱਥੇ ਭਰਨੀ ਪੈਣੀ ਹੈ ਜਿਹੜੀ ਆਪਾਂ ਬੈਂਕ ਨੂੰ ਦਿੰਦੇ ਹਾਂ, ਜਾਂ ਜਦੋਂ ਆਪਾਂ ਅਨਾਜ ਖਰੀਦ ਦਾ ਜਿਹੜਾ ਈ ਮੰਡੀਕਰਨ ਪੋਰਟਲ ਦੇ ਵਿੱਚ ਆਪਾਂ ਰਜਿਸਟਰੇਸ਼ਨ ਕਰਾਉਣ ਵੇਲੇ ਆਪਾਂ ਡਿਟੇਲ ਭਰਦੇ ਹਾਂ, ਸਿਰਫ ਉਹੀ ਇਨਫੋਰਮੇਸ਼ਨ ਭਰਨੀ ਪੈਣੀ ਹੈ। ਇਸ ਤੋਂ ਇਲਾਵਾ ਕੋਈ ਵਾਧੂ ਡਿਟੇਲ ਤੁਹਾਡੇ ਤੋਂ ਨਹੀਂ ਮੰਗੀ ਜਾਊਗੀ। ਜਿਵੇਂ ਕਿ ਕਿਸਾਨ ਵੱਲੋਂ ਆਪਣੀ ਜ਼ਮੀਨ ਦਾ ਕਿਹੜੇ ਜ਼ਿਲ੍ਹੇ 'ਚ ਪੈਂਦੀ ਆ, ਕਿਹੜੀ ਸਬਸੀਲ ਪੈਂਦੀ ਆ, ਪਿੰਡ, ਖੇਵਟ ਨੰਬਰ, ਖਸਰਾ ਨੰਬਰ, ਹੈ ਨਾ, ਅਤੇ ਜਾਂ ਜਿਹੜੇ ਕਿੱਲੇ ਖੇਤੇ ਦੇ ਵਿੱਚ ਆਪਾਂ ਬਿਜਾਈ ਕੀਤੀ ਆ ਉਹਦੀ ਕਿੰਨੀ ਤੁਹਾਡੀ ਮਿਣਤੀ ਆ, ਕਿੱਲਾ, ਅੱਧਾ ਕਿੱਲਾ, 1.5 ਕਿੱਲਾ, 1.5 ਕਿੱਲਾ, 2 ਕਿੱਲਾ, ਉਹ ਸਾਰੀ ਡਿਟੇਲ ਭਰਨੀ ਪਊਗੀ। ਸੋ ਦੋਸਤੋ, ਇਹ ਸਾਡੀ ਜਾਣਕਾਰੀ ਤੁਹਾਨੂੰ ਅਸੀਂ ਤਕਰੀਬਨ ਸਾਰੀ ਦੇ ਦਿੱਤੀ ਆ। ਲਿੰਕ ਅਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਅਤੇ ਡਿਸਕ੍ਰਿਪਸ਼ਨ ਦੇ ਵਿੱਚ ਰੱਖ ਦਿੰਦੇ ਹਾਂ, ਤੁਸੀਂ ਉੱਥੋਂ ਚੈੱਕ ਕਰ ਲਿਓ, ਉੱਥੇ ਸਿੱਧਾ ਜਾ ਕੇ ਕਲਿੱਕ ਵੀ ਕਰ ਸਕਦੇ ਹੋ। ਅਤੇ ਹੁਣ ਆਖਰ 'ਤੇ ਤੁਹਾਨੂੰ ਇਹੀ ਅਪੀਲ ਹੈ ਕਿ ਹੁਣ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਸਿੱਧੀ ਬਿਜਾਈ ਵਾਲਾ ਕੰਮ ਪੂਰੇ ਜ਼ੋਰਾਂ 'ਤੇ ਚੱਲ ਰਿਹਾ, ਆਓ ਆਪਾਂ ਪੰਜਾਬ ਦੇ ਇਸ ਪੰਜਾਬ ਨੂੰ ਆਪਾਂ ਅਗਰ ਬਚਾਉਣਾ ਵਾ ਪਾਣੀ ਦੇ ਵਾਸਤੇ, ਪਾਣੀ ਦੇ ਵਾਤਾਵਰਨ ਦੇ ਤੌਰ 'ਤੇ ਬਚਾਉਣਾ, ਤਾਂ ਆਪਾਂ ਸਿੱਧੀ ਬਿਜਾਈ ਦੇ ਵੱਲ ਆਕਰਸ਼ਿਤ ਹੋਈਏ।
ਜਿਹੜੀ ਧਰਤੀ ਦੇ ਹੇਠਲਾ ਸਾਡਾ ਪਾਣੀ ਆ ਦਿਨੋਂ ਦਿਨ ਹੇਠਾਂ ਜਾ ਰਿਹਾ ਵਾ, ਉਹਨੂੰ ਅੱਜ ਬਚਾਉਣਾ ਸਮੇਂ ਦੀ ਮੁੱਖ ਲੋੜ ਆ। ਸੋ ਸਾਡੀ ਇਹ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਆਪਣੇ ਦੇਸ਼ ਨੂੰ ਬਚਾਉਣ ਵਾਸਤੇ, ਪੰਜਾਬ ਨੂੰ ਬਚਾਉਣ ਵਾਸਤੇ, ਪੰਜਾਬ ਦੇ ਪਾਣੀ ਨੂੰ ਬਚਾਉਣ ਵਾਸਤੇ ਆਪਾਂ ਇਸ ਸਿੱਧੀ ਬਿਜਾਈ ਵੱਲ ਨੂੰ ਤੁਰੀਏ। ਨਾਲੇ ਤਾਂ ਇਹਦੇ ਨਾਲ ਅਨਾਜ ਦੀ ਜਿਹੜੀ ਪੈਦਾਵਾਰ ਉਹ ਬਹੁਤ ਜ਼ਿਆਦਾ ਹੁੰਦੀ ਹੈ, ਕੁਆਲਿਟੀ ਬਹੁਤ ਅੱਛੀ ਹੁੰਦੀ ਹੈ, ਸਭ ਤੋਂ ਵੱਡੀ ਗੱਲ ਪੈਸਾ ਬਚਦਾ, ਅਤੇ ਉਸ ਤੋਂ ਵੀ ਵੱਡੀ ਗੱਲ ਹੈ ਕਿ ਇਹਦੇ ਨਾਲ ਜਿਹੜੀ ਸਾਡੀ ਧਰਤੀ ਦੀ ਉਪਜਾਊ ਸ਼ਕਤੀ ਬਚੀ ਰਹੂਗੀ, ਧਰਤੀ ਦੇ ਜਿਹੜਾ ਅੰਦਰਲਾ ਸਾਡਾ ਪੀਣ ਵਾਲਾ ਪਾਣੀ ਆ ਉਹ ਬਚਿਆ ਰਹੂਗਾ। ਸੋ ਉਮੀਦ ਕਰਦੇ ਹਾਂ ਕਿ ਤੁਸੀਂ ਵੀਡੀਓ ਪਸੰਦ ਕਰੋਗੇ ਅਤੇ ਆਪਣੇ ਹੋਰਾਂ ਸੰਗਤ ਸਾਥੀਆਂ ਨੂੰ ਵੀ ਇਸ ਵੀਡੀਓ ਨੂੰ ਸੁਣਨ ਵਾਸਤੇ ਉਹਨਾਂ ਨੂੰ ਅੱਗੇ ਫਾਰਵਰਡ ਕਰੋਗੇ ਅਤੇ ਇਹਦੇ 'ਤੇ ਅਮਲ ਕਰੋ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।